ਗਲੀ 'ਚ ਬ੍ਰੇਕਰ ਬੜੇ ਹੁੰਦੇ ਯਾਰ ਉੱਧਰ ਦੀ ਗੱਲ ਤਾਂ ਠੀਕ ਸੀ ਭਈਆ ਥੋੜ੍ਹੀ ਆਰਾਮ ਨਾਲ ਟਰੈਵਲ ਕਰਨਾ ਕਿਉਂਕਿ ਆਪਰੇਸ਼ਨ ਹੋਇਆ ਹੈ ਨਾ ਰਾਜਕੁਮਾਰੀ ਪਿੰਡ ਚ ਲੈ ਗਿਆ ਨੀ ਆਰਾਮ ਦਾ ਫੋਨ ਤੇ ਉਹਨੂੰ 60-70 ਰੁਪਏ ਦੇਣੇ ਸੀ ਇੱਕ ਹੋਸਪਿਟਲ ਤੋਂ ਵੀ ਲੈ ਜਾਂਦਾ ਤੇ ਉਹਨੇ ਕਾਲਜ ਵੀ ਘੁਮਾ ਲਿਆਉਣਾ ਸੀ ਫੁੱਟਬਾਲ ਜੋ ਕਿ ਤਰਫ ਲੈ ਕੇ ਆਏ ਹਨ ਤਾਂ 100 ਰੁਪਇਆ ਦੇਣਗੇ ਔਰ ਆਪਣਾ ਕੰਮ ਵੀ ਰੱਖ ਲੈਣਗੇ 2 ਮਿੰਟ ਲਗਾ ਕੇ ਪਰ ਨਹੀਂ ਇਹ ਤਾਂ ਪਹਿਲੇ ਕਹਤੇ ਐਸਾ ਨਹੀਂ ਹੈ ਐਸਾ ਬੋਲੋ ਯਾਰ ਬਤਾਓ ਹੈ ਨਾ 20 ਰੁਪਏ ਲੈਣੇ